ਇੱਥੇ ਕੌਣ? ਮੈਨੂੰ ਲੱਗਦਾ ਸੱਚੀ ਸ਼ੇਪਾ ਜਿਹੜਾ ਆ ਗਿਆ। ਸ਼ਤੂ ਨੂੰ ਕਾਬੂ ਕਰ ਲੈ। ਸਾਰਿਆਂ ਨੂੰ ਪਤਾ ਬਈ ਸ਼ਤੂ ਨੂੰ ਮੁਰਗਾ ਖਾਣ ਦਾ ਸ਼ੌਂਕ ਹੈ ਤੇ ਮੁਰਗੇ ਦੇ ਨਾਂ ਤੇ ਫਸ ਸਕਦਾ। ਸਮਝ ਪਰ ਤੇਰੀ ਸਕੀਮ ਪੂਰੀ ਕੌਣ ਕਰ ਸੀ? ਤੇਰੀ ਸਕੀਮ ਮੈਂਟਲ ਕੇਸ ਤੇ ਕਾਲੂ ਕਰ ਸਕਦੇ ਹਨ। ਸਾਡੇ ਕੋਲ ਨਹੀਂ ਹੁੰਦੀ ਸਕੀਮ, ਤੁਹਾਡੇ ਪੂਰੀ ਆਪੇ ਕਰਵਾ ਦੇ ਸਕੀਮਾਂ। ਯਾਰ 100 ਰੁਪਿਆ ਲੈ ਲਵੇ। 100 ਸੂ ਨਹੀਂ 150 ਰਸਨ। ਯਾਰ ਪੈਸੇ ਦੀ ਕਿਹੜੀ ਗੱਲ ਹੈ, ਤੁਸੀਂ ਸਕੀਮ ਪੂਰੀ ਕਰੋ ਭਾਵੇਂ 200 ਲੈ ਲਵੇ। ਠੀਕ ਹੈ ਯਾਰ ਤੇਰਾ ਕੰਮ ਹੈ ਭਾਈ, 50 ਮੈਂ ਵੀ ਲੈਸਾਂ ਵਿੱਚੋਂ। ਮੂੰਹ ਹੈ 50 ਲਵਣ ਵਾਲਾ ਹੈ ਯਾਰ, 50 ਬਣਦਾ ਹੈ ਯਾਰ। ਬਜੂ ਨਹੀਂ ਦਾਲ ਲੈਣ ਦੇ ਲੈ ਲੈ, ਨਹੀਂ ਤੇ ਚੁੱਟਟਾ ਆਵਾਜ਼ ਮੈਂ ਆਪੇ ਕੰਮ ਕਰ ਲੈ ਸਹੀ ਅੱਖ ਲਾ ਦੇਣਾ। ਯਾਰ ਤੂੰ ਵੇਲੀ ਬੰਦਾ 10 ਰੁਪਏ ਦੇ। ਚੱਲ 10 ਰੁਪਏ ਲੈ ਲੈ, ਤੇ ਹੁਣ ਕੰਮ ਨਾਲ ਕਰਨਾ ਪੈਸੇ ਮੇਰੇ। ਠੀਕ ਹੈ ਚਲ ਆ ਗਿਆ। ਠੀਕ ਹੈ 10 ਰੁਪਏ ਯਾਰ ਤੂੰ ਲੈ ਲੈਣੇ। ਹੁਣ ਮੇਰੀ ਗੱਲ ਗੌਰ ਨਾਲ ਸੁਣ ਲੈ। ਪਹਿਲੇ ਨੰਬਰ ਤੇ ਆਪਾਂ ਸ਼ਤਨ ਬਾਲਣਾ ਹੈ, ਫਿਰ ਉਹਦੇ ਕੋਲ ਜਾ ਤੇ ਇਹ ਸਾਰੀ ਗੱਲ ਆਪਾਂ ਕਰਨੀ। ਠੀਕ ਹੋ ਗਿਆ। ਉਹ ਸ਼ਤੂ ਆਉਂਦਾ ਪੀ ਤੇ ਆਪਾਂ ਜਲਦੀ ਜਲਦੀ ਗੱਲ ਸ਼ੁਰੂ ਕਰੀਏ। ਬਿੱਲਾ ਤੇ ਰਾਜੂ ਇਹ ਸਾਰੇ ਜਣੇ ਮੁਰਗਾ ਬੁਣ ਤੇ ਖਾਓ, ਇਹਨਾਂ ਦੇ ਇਹਨਾਂ ਨੂੰ ਛੱਤ ਨੂੰ ਪਤਾ ਨਹੀਂ ਚੱਲਦਾ ਅੱਜ। ਹਾਂ ਇਹ ਗੱਲ ਹੈ। ਖਵਾ ਲੈਣਾ ਤੁਹਾਨੂੰ ਮੈਂ ਮੁਰਗਾ ਖੱਲਿਆ ਖੱਲਿਆ ਨੂੰ ਆਏ। ਯਾਰ ਤੈਨੂੰ ਮੈਂ ਮਗਰੋਂ ਸੱਦ ਹੀ ਮਾਰਿਆ ਯਾਰ, ਲੜਦਾ ਕਿਉਂ ਪਿਆ ਯਾਰ? ਇਹ ਮਗਰੋਂ ਸੱਦ ਮਾਰੀ ਦਾ ਯਾਰ, ਡਰਾ ਡਰਾ ਦਿੱਤਾ ਛਾਤੂ ਜੀ ਆ। ਆ ਮੈਂਟਲ ਕੇਸ ਆ, ਮੈਂ ਤੈਨੂੰ ਕਿੱਥੋਂ ਡਰਾਤ ਰੱਖ ਦਿੱਤਾ ਹੈ? ਮੈਨੂੰ ਸਿਰਫ ਇਹ ਦੱਸ ਚਾ ਵੀ ਉਹ ਮੁਰਗਾ ਕਿਹੜੀ ਥਾਂ ਤੇ ਪਕਾਉ ਹੈ। ਤੈਨੂੰ ਮੈਂ ਦੱਸਾਂ ਕਿਉਂ? ਓ ਨੋ ਯਾਰ, ਦੱਸ ਚਾ ਯਾਰ ਤੇਰਾ ਕੀ ਜਾਂਦਾ ਹੈ ਯਾਰ? 200 ਰੁਪਿਆ ਬਾਹਰ ਤੇ ਹੁਣ ਤੈਨੂੰ ਦੱਸ ਦੇਣਾ। 200 ਰੁਪਿਆ ਤੈਨੂੰ ਮੈਂ ਦੇਣਾ ਯਾਰ? ਰੇਟ ਅੱਜ ਕੱਲ ਤੇਰਾ ਵੱਧਦਾ ਨਹੀਂ ਜਾ ਰਿਹਾ, 200 ਘਣਾ ਯਾਰ, ਥੋੜਾ ਰਹਿਤ ਕਰ ਯਾਰ। ਰਹਿਤ ਨਹੀਂ ਹੁੰਦੀ 200 ਰੁਪਿਆ। ਚੱਲ ਯਾਰ ਤੇਰਾ 200 ਰੁਪਿਆ ਹੋ ਗਿਆ, ਤੂੰ ਮੈਨੂੰ ਸਿਰਫ ਜਗ੍ਹਾ ਦੱਸ ਵੀ ਉਹਨਾਂ ਮੁਰਗਾ ਪਕਾਉਣਾ ਕਿਹੜੀ ਥਾਂ। ਚੱਲ ਯਾਰ ਤੇ ਆਪਣੇ ਨਾਮ ਦੇ 200 ਦੇ ਵਿੱਚ ਹੋ ਗਈ ਮੁਕੰਮਲ, ਹੁਣ ਤੈਨੂੰ ਮੈਂ ਜਗ੍ਹਾ ਦੱਸ ਦੇ। ਠੀਕ ਹੈ ਹੁਣ 100 ਤੇਰਾ ਤੇ 100 ਮੇਰਾ। 100 ਤੈਨੂੰ ਦੇਵਾ ਹੁਣ, 100 100 ਰੁਪਏ ਦੀ ਜਗ੍ਹਾ ਤੈਨੂੰ ਮੈਂ 100 ਲਿੱਤੇ ਨਾ ਟੋਕਾ। ਮੂੰਹ ਵੇਖ ਕੇ ਆਦਾ 100 ਰੁਪਏ ਲੈਣੇ, ਉੱਡ ਜਾ ਠੀਕ ਹੈ ਤਾਂ ਜਾਂਦੇ ਰਹਿ। ਪਰ ਗੁੱਸਾ ਕਿਉਂ ਕਰਨਾ ਯਾਰ, ਜਿੱਥੇ ਦਾ ਅੱਗੇ ਦੇਣੇ ਉੱਥੇ ਦਾ ਹੋਰ ਦੇ ਦੇ। ਮੈਨੂੰ ਬਸ ਉਹ ਥਾਂ ਦਾ ਪਤਾ ਦੱਸ ਕਰਨੇ ਚਾਹੀਦੇ। ਹੌਲੀ ਨੀ ਬੋਲਿਆ ਜਾਂਦਾ, ਇਹ ਪੱਕੀ ਗੱਲ ਹੈ ਪੁਰਾਣੇ ਭੱਠੇ ਦੇ ਵਿੱਚ ਪਕਾ ਯਾਰ। ਤੇ ਜਾ ਬਾਜ ਜਾ ਪਰਾ ਮੜ, 200 ਰੁਪਇਆ ਲੈਂਦਾ ਪੁਰਾਣੇ ਭੱਠੇ ਦੇ। ਅੱਛਾ ਹੁਣ ਮੈਂ ਤੁਹਾਨੂੰ ਨਿਕਲ ਗਿਆ, ਹੁਣ ਤੂੰ ਮੈਨੂੰ ਧੱਕਾ ਦੇ ਦਿੱਤਾ ਏ। ਕਾਲਾ ਨਾਲ ਬੱਜੋ ਏ ਪੁਰਾਣਾ ਭੱਠਾ ਤਾਂ ਇਹੀ ਆਈਏ। ਮੈਂ ਸੁਣਾ ਮੁਰਗਾ ਇੱਥੇ ਪੈ ਪਕਾਉਣ ਦੇ ਲੋਕ ਤੇ, ਪਰ ਛਾਤੂ ਕੋਲੋਂ ਮੁਰਗਾ ਲੋਕ ਤੇ ਖਾਵਣਾ ਹੈ ਕੋਈ ਆਮ ਗੱਲ ਤਾਂ ਕੋ ਨਹੀਂ। ਇੱਥੇ ਕਿਧਰੇ ਹੁਸਨ ਮੁਰਗੇ ਪਕਾਉਣ ਦੇ ਲੋਕ ਲੋਕ ਤੇ ਆ, ਅੱਜ ਮੇਰੇ ਕੋਲ ਮੁਰਗਾ ਜਾਵਣ ਨਾ ਬਚਾ। ਮੁੜ ਗੱਲ ਏ ਪਰ ਇੱਥੇ ਤਾਂ ਬੰਦਾ ਹੀ ਕੋਈ ਵੀ ਨਹੀਂ ਨਿਗੇ ਆ ਰਿਹਾ, ਚਲੋ ਵੇਖਨੇ ਆ ਨਾ ਕਿਦੇ ਦਾ। ਪਰ ਕਿਹੜੀ ਚੁੰਡੇ ਜਾ ਲੁੱਕੇ ਨੇ ਦੀਆਂ ਨਿਗੇ ਹੀ ਨੇ ਪਿਆਂ ਦੇ। ਮੈਂਟਲ ਕੇਸ ਕੋਰਟ ਤਾਂ ਨਹੀਂ ਮਾਰਦਾ, 200 ਰੁਪਇਆ ਵੀ ਉਹਨੂੰ ਆਖਾ ਹੈ। ਗੱਲ ਤਾਂ ਉਹਨੇ ਸੱਚੀ ਕੀਤੀ ਉਹ ਸੀ, ਪਰ ਉਹਨਾਂ ਲੱਭਣਾ ਪਿਆ ਸੀ ਵੀ ਉਹ ਗਏ ਕਿਤੇ। ਤੇਰਾ ਟੈਨਸ਼ਨ ਨਾ ਲੈ, ਤੈਨੂੰ ਮੈਂ ਮੁਰਗਾ ਖਵਾ ਲੈਣਾ, ਬੜਾ ਜ਼ਲੀਲ ਕੀਤੀ ਖਣਾ ਤੂੰ। ਕਮਾਲ ਵਾਲੀ ਗੱਲ ਭਈਏ, ਬੰਦੇ ਆ ਕੇ ਸਨ ਐਸੇ ਲੁੱਕੇ ਹਨ ਭਈਏ। ਅਰੇ ਨਿਬੜ ਲੈਂਦੇ ਇਹਦੇ ਨਾਲ, ਬੜਾ ਤੰਗ ਕੀਤਾ ਇਹਨੇ। ਕਮਾਲ ਨਹੀਂ ਹੋਈ ਭਈਏ, ਨਾਲ ਹੀ ਭਈਏ ਲੱਭਣ ਦਾ ਨਾਂ ਨਹੀਂ ਲੈਂਦੇ। ਪਹਿਲੇ ਜਣੇ ਗਏ ਕਿਤੇ, ਅਖੇ ਜੀ ਇੱਥੇ ਮੁਰਗਾ ਪਕਾਈ ਜਾਂਦੇ ਨੇ।
मेनू इटा मार दे पैन भी छातू डर बाजा सी ते सी मुर्गा कल्ले जने खा जा सै तू तेरी मौत मौत मैं लगता है सच्ची शिपा जिंद आ गई मुर्गा बड़ा सुनाओ मुड़ छातू दिया खांदा है मुर्गा है आप खालने मुर्गा नू आज बांध देने नू आओ तुम मैं सुनिए दसना शाला तेरा बट्ठा बवे मेंटल केस मैनू मरा करता ही था दे अगे पुराने बट्ठे बेच के मुर्गा पकाई जाते तू मर गया मेंटल केस दिया गल्ला में आ गए मैं तेन मरा नहीं शिफा जेल बड़ा खतरनाक है इन्हें बारे बड़ा सुना ते अज मैनु टक्कर गया आले No.